ਪ੍ਰਸ਼ਾਸਨ ਲੁਧਿਆਣਾ ਵੱਲੋਂ ਸਾਰੇ ਲੁਧਿਆਣਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੇ ਵੱਲੋਂ। ਅੱਜ ਸਾਡੀ ਫੁੱਲ ਡਰੈਸ ਰਿਹਰਸਲ ਸੀ ਅਤੇ ਸਾਨੂੰ ਮਾਣ ਹੈ ਕਿ ਸਾਰੀ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਫੰਕਸ਼ਨ ਦੇ ਗਣਤੰਤਰ ਦਿਵਸ ਦਾ ਜਿਹੜਾ CM ਸਾਹਿਬ ਪ੍ਰਿਸਾਈਡ ਓਵਰ ਕਰ ਰਹੇ ਨੇ ਉਸ ਦੀਆਂ ਤਿਆਰੀਆਂ ਅੱਜ ਚੱਲ ਰਹੀਆਂ ਹੈਗੀਆਂ। ਅਤੇ ਗਣਤੰਤਰ ਦਿਵਸ ਦੇ ਮੌਕੇ 'ਤੇ ਅਸੀਂ ਆਪਣੇ ਸੰਵਿਧਾਨ ਬਾਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਸਪੈਸ਼ਲੀ ਜਿਹੜੀ ਯੁਵਾ ਪੀੜ੍ਹੀ ਹੈ ਉਹਦੇ ਬਾਰੇ ਅਸੀਂ ਜਾਣੂ ਕਰਾਉਂਦੇ ਹੈਗੇ ਹਾਂ। ਅਤੇ ਅਸੀਂ ਆਸ ਕਰਦੇ ਹਾਂ ਕਿ ਉਹ ਆਜ਼ਾਦੀ ਵਿੱਚ ਕਿਹੜੀਆਂ ਕਿਹੜੀਆਂ ਸਾਡੀਆਂ ਚੀਜ਼ਾਂ ਸਾਡਾ ਸੰਵਿਧਾਨ ਜਿਹੜਾ ਆਇਆ ਹੈਗਾ ਇਸ ਚੀਜ਼ ਨੂੰ ਉਹ ਜ਼ਰੂਰ ਯਾਦ ਰੱਖਣ ਅਤੇ ਪੂਰੇ ਪੇਟਰੀਓਟਿਜ਼ਮ ਦੇ ਨਾਲ ਉਹ ਇਸ ਦਿਹਾੜੇ ਨੂੰ ਜ਼ਰੂਰ ਮਨਾਉਣ। ਹੁਣ 26 ਜਨਵਰੀ ਨੂੰ ਪ੍ਰੋਗਰਾਮ ਕੀਤਾ ਜਾਣਾ ਵਾ, ਤਿਆਰੀਆਂ ਨੂੰ ਲੈ ਕੇ ਜਾਂ ਫਿਰ ਅਸੀਂ ਕਹਿ ਦਈਏ ਸੁਰੱਖਿਆ ਨੂੰ ਲੈ ਕੇ ਵੀ ਪ੍ਰਬੰਧਾਂ ਦਾ ਨਿਰੀਖਣ ਕੀਤਾ? ਸਾਰੇ ਪ੍ਰਬੰਧ ਜਿਹੜੇ ਹੈਗੇ ਆ ਉਹ ਵਧੀਆ ਤਰੀਕੇ ਨਾਲ ਅਸੀਂ ਕੀਤੇ ਗਏ ਨੇ ਅਤੇ ਅੱਜ ਡਰੈਸ ਰਿਹਰਸਲ ਤਾਂ ਹੀ ਕੀਤੀ ਜਾਂਦੀ ਹੈ ਸੋ ਦੈਟ ਜੋ ਵੀ ਸਾਡਾ ਮਿਨਟ ਟੂ ਮਿਨਟ ਹੁੰਦਾ ਹੈ, ਪ੍ਰੋਗਰਾਮ ਹੁੰਦਾ ਹੈ, ਸੁਰੱਖਿਆ ਪ੍ਰਬੰਧ ਹੁੰਦੇ ਨੇ, VIP ਸਟੂਡੈਂਟ ਸਟੇਜ ਐਟਸੈਟਰਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਇਹਨਾਂ ਦਾ ਪ੍ਰੋਪਰ ਨਿਰੀਖਣ ਕਰਦੇ ਹੈਗੇ ਹਾਂ ਤਾਂ ਕਿ ਜੋ ਪ੍ਰੋਗਰਾਮ ਹੋ ਨਿਰਵਿਘਨ ਅਤੇ ਸਮੂਥ ਤਰੀਕੇ ਨਾਲ ਚੱਲ ਸਕੇ। ਧੰਨਵਾਦ। ਪ੍ਰਸ਼ਾਸਨ ਲੁਧਿਆਣਾ ਵੱਲੋਂ ਸਾਰੇ ਲੁਧਿਆਣਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੇ ਵੱਲੋਂ। ਅੱਜ ਸਾਡੀ ਫੁੱਲ ਡਰੈਸ ਰਿਹਰਸਲ ਸੀ ਅਤੇ ਸਾਨੂੰ ਮਾਣ ਹੈ ਕਿ ਸਾਰੀ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਫੰਕਸ਼ਨ ਦੇ ਗਣਤੰਤਰ ਦਿਵਸ ਦਾ ਜਿਹੜਾ CM ਸਾਹਿਬ ਪ੍ਰਿਸਾਈਡ ਓਵਰ ਕਰ ਰਹੇ ਨੇ ਉਸ ਦੀਆਂ ਤਿਆਰੀਆਂ ਅੱਜ ਚੱਲ ਰਹੀਆਂ ਹੈਗੀਆਂ। ਅਤੇ ਗਣਤੰਤਰ ਦਿਵਸ ਦੇ ਮੌਕੇ 'ਤੇ ਅਸੀਂ ਆਪਣੇ ਸੰਵਿਧਾਨ ਬਾਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਸਪੈਸ਼ਲੀ ਜਿਹੜੀ ਯੁਵਾ ਪੀੜ੍ਹੀ ਹੈ ਉਹਦੇ ਬਾਰੇ ਅਸੀਂ ਜਾਣੂ ਕਰਾਉਂਦੇ ਹੈਗੇ ਹਾਂ। ਅਤੇ ਅਸੀਂ ਆਸ ਕਰਦੇ ਹਾਂ ਕਿ ਉਹ ਆਜ਼ਾਦੀ ਵਿੱਚ ਕਿਹੜੀਆਂ ਕਿਹੜੀਆਂ ਸਾਡੀਆਂ ਚੀਜ਼ਾਂ ਸਾਡਾ ਸੰਵਿਧਾਨ ਜਿਹੜਾ ਆਇਆ ਹੈਗਾ ਇਸ ਚੀਜ਼ ਨੂੰ ਉਹ ਜ਼ਰੂਰ ਯਾਦ ਰੱਖਣ ਅਤੇ ਪੂਰੇ ਪੇਟਰੀਓਟਿਜ਼ਮ ਦੇ ਨਾਲ ਉਹ ਇਸ ਦਿਹਾੜੇ ਨੂੰ ਜ਼ਰੂਰ ਮਨਾਉਣ। ਹੁਣ 26 ਜਨਵਰੀ ਨੂੰ ਪ੍ਰੋਗਰਾਮ ਕੀਤਾ ਜਾਣਾ ਵਾ, ਤਿਆਰੀਆਂ ਨੂੰ ਲੈ ਕੇ ਜਾਂ ਫਿਰ ਅਸੀਂ ਕਹਿ ਦਈਏ ਸੁਰੱਖਿਆ ਨੂੰ ਲੈ ਕੇ ਵੀ ਪ੍ਰਬੰਧਾਂ ਦਾ ਨਿਰੀਖਣ ਕੀਤਾ? ਸਾਰੇ ਪ੍ਰਬੰਧ ਜਿਹੜੇ ਹੈਗੇ ਆ ਉਹ ਵਧੀਆ ਤਰੀਕੇ ਨਾਲ ਅਸੀਂ ਕੀਤੇ ਗਏ ਨੇ ਅਤੇ ਅੱਜ ਡਰੈਸ ਰਿਹਰਸਲ ਤਾਂ ਹੀ ਕੀਤੀ ਜਾਂਦੀ ਹੈ ਸੋ ਦੈਟ ਜੋ ਵੀ ਸਾਡਾ ਮਿਨਟ ਟੂ ਮਿਨਟ ਹੁੰਦਾ ਹੈ, ਪ੍ਰੋਗਰਾਮ ਹੁੰਦਾ ਹੈ, ਸੁਰੱਖਿਆ ਪ੍ਰਬੰਧ ਹੁੰਦੇ ਨੇ, VIP ਸਟੂਡੈਂਟ ਸਟੇਜ ਐਟਸੈਟਰਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਇਹਨਾਂ ਦਾ ਪ੍ਰੋਪਰ ਨਿਰੀਖਣ ਕਰਦੇ ਹੈਗੇ ਹਾਂ ਤਾਂ ਕਿ ਜੋ ਪ੍ਰੋਗਰਾਮ ਹੋ ਨਿਰਵਿਘਨ ਅਤੇ ਸਮੂਥ ਤਰੀਕੇ ਨਾਲ ਚੱਲ ਸਕੇ। ਧੰਨਵਾਦ।